हां जी दोस्तों पीपीएससी ने की थी अपनी फीस ਦੇ ਵਿੱਚ ਭਾਰੀ ਕਟੌਤੀ ਸੋ ساری ਗੱਲਬਾਤ ਜਾਣਨ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸੋ ਕਰਦੇ ਆਂ ਅੱਜ ਦੀ ਵੀਡੀਓ سٹਾਰਟ ਸੋ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਤੁਹਾਡੀ ਹਮੇਸ਼ਾ ਹੀ ਹੋਵੇ ਚੜਦੀ ਕਲਾ ਸੋ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੀਬੀਐਸ ਕਲਾਸੇਸ ਦੇ ਉੱਪਰ ਪਰ ਜਿਹੜੇ ਵੀ ਦੋਸਤ ਇਸ ਚੈਨਲ ਉੱਤੇ ਦੂਸਰੀ ਜਾਂ ਤੀਸਰੀ ਵਾਰ ਵੀਡੀਓ ਦੇਖ ਰਹੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਬੈਲ ਆਈਕਨ ਦਬਕੇ 올 ਨੋਟੀਫਿਕੇਸ਼ਨਸ ਕਰ ਲੈਣਾ ਆਨ ਕਿਉਂਕਿ ਤੁਸੀਂ ਜਾਣਦੇ ਆ ਕਿ ਕਿੰਨੇ ਆ ਯੂਸਫੁਲ ਵੀਡੀਓ ਜਿਹੜੀਆਂ ਹੁੰਦੀਆਂ ਨੇ ਇਹ ਤੋਂ ਤੁਹਾਡੇ ਵਾਸਤੇ ਠੀਕ ਹੈ ਇਸ ਤੋਂ ਇਸ ਤੋਂ ਇਲਾਵਾ ਤੁਸੀਂ ਸਾਨੂੰ ਫੇਸਬੁਕ ਟਵਿੱਟਰ ਟੈਲੀਗ੍ਰam ਇੰਸਟਾਗ੍ਰam ਉਤੇ ਕਰ ਸਕਦੇ ਆ ਫੋਲੋ ਸਾਰਿਆਂ ਉਤੇ ਕੋਹੀ ਯੂਜ਼ਰ ਨੇਮ ਹੈ ਪੀਵੀਐਸ ਕਲਾਸਿਸ ਠੀਕ ਹੈ ਸੋ ਵੱਡੀ ਅਪਡੇਟ ਜੋ ਹੈ ਪੀਪੀਐਸਸੀ ਨੇ ਫੀਸ ਜਿਹੜੀ ਆ ਆਪਣੀ ਅੱਧੀ ਕਰ ਦਿੱਤੀ ਹੈ ਜਿਹੜੀ ਫੀਸ ਪਹਿਲਾਂ 3000 ਰੁਪਏ ਹੁੰਦੀ ਸੀਗੀ ਉਹ ਜਨਰਲ ਦੇ ਲਈ ਉਹੀ ਫੀਸ ਹੁਣ 1500 ਰੁਪਏ ਹੋ ਗਈ ਹੈ ਠੀਕ ਹੈ ਐਸਸੀ ਐਸਸੀ ਓਬੀਸੀ ਦੇ ਲਈ ਕਿੰਨੀ ਹੈ ਇਹ 750 ਰੁਪਏ ਠੀਕ ਹੈ ਇਸ ਤੋਂ ਇਲਾਵਾ ਐਕਸ ਸਰਵਿਸਮੈਨ ਇਕਨੋਮਿਕਲ ਵੀਕਰ ਸੈਕਸ਼ਨ ਪਰਸਨ ਵਿਦ ਡਿਸੇਬਿਲਟੀ ਇਹਨਾਂ ਸਾਰਿਆਂ ਲਈ ਇਹ ਫੀਸ ਹੈਗੀ ਆ 500 ਰੁਪਏ ਠੀਕ ਹੈ ਪਰ ਅਸੀਂ ਦੇਖ ਸਕਦੇ ਹਾਂ ਕਿ ਇਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਵਾ ਫੀਸ ਨੂੰ ਪੀਪੀਐਸਸੀ ਨੇ ਇੱਕ 500 ਤੇ 1000 ਠੀਕ ਹੈ ਸੋ 500 ਰੁਪਏ ਕੀ ਹੈ 500 ਰੁਪਏ ਹੈ ਆਨਲਾਈਨ ਐਪਲੀਕੇਸ਼ਨ ਚਾਰजेस 3000 ਰੁਪਏ ਹੈ ਐਗਜ਼ਾਮੀਨੇਸ਼ਨ ਫੀਸ ਸੋ ਇਦਾਂ ਕਿਉਂ ਕੀਤਾ ਗਿਆ ਵਾ ਇਹਨੂੰ ਵੀ ਇੱਕ ਵਾਰੀ ਸਮਝਦੇ ਆ ਠੀਕ ਹੈ ਸੋ ਫਾਰ ਇਗਜ਼ਾਮਪਲ ਤੁਸੀਂ ਕਨਸੀਡਰ ਕਰੋਗੇ ਪੀਪੀਐਸਸੀ ਨੇ ਕੋਈ ਐਗਜ਼ਾਮ ਕਰਡਿਆ ਵਾ ਠੀਕ ਹੈ ਇੱਕ ਐਗਜ਼ਾਮ ਹੋਣਾ ਵਾ ਠੀਕ ਹੈ ਬਟ ਉਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਪੋਸਟਾਂ ਨੇ ਠੀਕ ਹੈ ਓਕੇ ਸੋ ਜੇ ਤੁਸੀਂ ਤਿੰਨਾਂ ਤਰ੍ਹਾਂ ਦੀਆਂ ਪੋਸਟਾਂ ਦੇ ਲਈ ਅਪਲਾਈ ਕਰਨਾ ਵਾ ਤਾਂ ਤੁਹਾਨੂੰ ਫੀਸ ਕਿੰਨੀ ਦੇਣੀ ਪੈਂਦੀ ਹੁੰਦੀ ਸੀਗੀ 3 3 ਫੀਸ ਦੇਣੀ ਪੈਂਦੀ ਹੁੰਦੀ ਸੀਗੀ ਪਰ ਹੁਣ ਇਸ ਤਰੀਕੇ ਦੇ ਨਾਲ ਨਹੀਂ ਹੋਏਗਾ ਠੀਕ ਹੈ ਹੁਣ ਬੀਬੀਐਸੀ ਕੀ ਕਹਿੰਦੀ ਹੈ ਕਿ ਅਗਰ ਐਗਜ਼ਾਮ ਇੱਕ ਆਤਾ ਤੁਹਾਡੇ ਕੋਲ ਇੱਕੋ ਹੀ ਐਗਜ਼ਾਮੀਨੇਸ਼ਨ ਫੀਸ ਲਈ ਜਾਓ ਜਾਏਗੀ ਠੀਕ ਹੈ ਇੱਕ ਦਾ ਐਗਜ਼ਾਮ ਹੈ ਤਾਂ ਐਗਜ਼ਾਮੀਨੇਸ਼ਨ ਫੀਸ ਇੱਕੋ ਹੀ ਬਟ ਜਿੰਨੀਆਂ ਪੋਸਟਾਂ ਵਾ ਓਨਾਂ ਹੀ ਤੁਹਾਨੂੰ ਆਨਲਾਈਨ ਐਪਲੀਕੇਸ਼ਨ ਚਾਰजेस ਓਨੇ ਹੀ ਗੁਣਾ ਪੇ ਕਰਨਾ ਪੈਣਾ ਵਾ ਜਿੰਨੇ ਜਿੰਨੀਆਂ ਸੀਟਾਂ ਦੇ ਲਈ ਤੁਸੀਂ ਅਪਲਾਈ ਕਰਦੇ ਆ ਜਿੰਨੀਆਂ ਪੋਸਟਾਂ ਲਈ ਸੋਰੀ ਤੁਸੀਂ ਅਪਲਾਈ ਕਰਦੇ ਆ রাইਟ ਸੋ ਇਹ ਹੋ ਗਿਆ ਵਾ ਸੋ ਨਵੇਂ ਸਾਹਿਬ ਦੇ ਨਾਲ ਤੁਸੀਂ ਮੰਨ ਲਓ ਕਿ ਤਿੰਨ ਪੋਸਟਾਂ ਲਈ ਕਰ ਰਿਹਾ ਅਪਲਾਈ ਕਰਨਾ ਵਾ ਤਾਂ ਕਿੰਨਾ ਹੋ ਗਿਆ ਆਨਲਾਈਨ ਐਪਲੀਕੇਸ਼ਨ ਚਾਰजेस 3 ਗੁਣਾ ਹੋ ਗਏ ਮਤਲਬ 500 ਗੁਣਾ 3 ਮਤਲਬ 1500 ਰੁਪਏ ਠੀਕ ਹੈ ਐਗਜ਼ਾਮੀਨੇਸ਼ਨ ਫੀਸ ਐਗਜ਼ਾਮੀਨੇਸ਼ਨ ਫੀਸ ਇਕੋ ਹੀ ਲੱਗਣੀ ਆ ਠੀਕ ਹੈ 1000 ਰੁਪਏ ਤਾਂ ਸੋ ਟੋਟਲ ਕਿੰਨਾ ਹੈਗਾ ਕਿੰਨੇ ਚ ਪੈ ਗਿਆ ਤੁਹਾਨੂੰ ਤਿੰਨ ਪੋਸਟਾਂ ਦੇ ਲਈ ਜਦੋਂ ਤੁਸੀਂ ਭਰਿਆ ਫਾਰਮ ਤਾਂ ਤੁਹਾਨੂੰ 2500 ਰੁਪਏ ਦੇ ਵਿੱਚ ਪੈ ਗਿਆ ਪਹਿਲਾਂ ਕਿੰਨਾ ਹੋਣਾ ਸੀਗਾ ਇਹ ਪਹਿਲਾਂ ਹੋਣਾ ਸੀਗਾ ਇਹ 3000 3 ਠੀਕ ਹੈ ਮਤਲਬ ਕਿ 9000 ਰੁਪਏ ਇਹ ਪਹਿਲਾਂ ਹੁੰਦਾ ਸੀਗਾ ਸੋ ਇੱਕ ਵੱਡੀ ਰਾਹਤ ਜਿਹੜੀ ਹੈਗੀ ਆ ਤੁਹਾਨੂੰ ਸ਼ਾਇਦ ਦਿਖ ਰਹੀ ਆ ਕਿ ਆ ਗਿਆ ਤੁਸੀਂ ਆਪ ਆਪਣੀ ਫੀਸ ਦੇ ਵਿੱਚ ਖਰਚਾ ਘੱਟ ਹੋਏਗਾ ਓਕੇ ਸੋ ਕੀ ਰਿਐਕਸ਼ਨ ਆ ਤੁਹਾਡੀ ਇਸ ਬਾਰੇ ਤੁਸੀਂ ਜ਼ਰੂਰ ਜਿਹੜਾ ਹੈਗਾ ਕਮੈਂਟਸ ਦੇ ਵਿੱਚ ਮੈਨੂੰ ਦੱਸਣਾ ਵਾ ਉਸ ਤੋਂ ਇਲਾਵਾ ਅੱਗੇ ਗੱਲ ਕਰੀਏ ਰਿਫੰਡ ਦੀ ਠੀਕ ਹੈ ਬਹੁਤ ਸਾਰੇ ਬੱਚਿਆਂ ਦਾ ਹੋਏਗਾ ਕਿ ਫੀਸ ਜਿਹੜੀ ਭਰ ਦਿੱਤੀ ਆ ਉਹ ਰਿਫੰਡ ਹੋਏਗੀ ਨਹੀਂ ਰਿਫੰਡ ਬਿਲਕੁਲ ਵੀ ਨਹੀਂ ਹੋਏਗੀ ਇਵਨ ਕਿ ਜੋ ਹੱਲੇ ਪੀਪੀਐਸੀ ਜੋ ਜੇਈ ਦੀ ਰਿਕਰੂਟਮੈਂਟ ਕਰਦੀ ਆ ਜੂਨੀਅਰ ਇੰਜੀਨੀਅਰ ਦੀ ਠੀਕ ਹੈ ਉਹਦੀਆਂ ਹੱਲੇ ਫਾਰਮ ਭਰੇ ਜਾ ਰਹੇ ਆ ਸੋ ਉਹਨਾਂ ਨੇ ਕੀ ਕਿਹਾ ਵਾ ਕਿ ਜਿਨ੍ਹਾਂ ਜਿਨ੍ਹਾਂ ਨੇ ਮਤਲਬ ਫੀਸ ਭਰ ਦਿੱਤੀ ਆ ਠੀਕ ਹੈ ਉਹਨਾਂ ਨੇ ਠੀਕ ਹੈ ਉਹਨਾਂ ਨੂੰ ਦੁਬ રિફંડ ਦੀ ਗੱਲ ਤਾਂ ਉਹਨਾਂ ਨੇ ਕਰਨੀ ਕੀਤੀ ਨਹੀਂ ਆ ਉਹਨਾਂ ਨੇ ਇਹ ਕਿਹਾ ਕਿ ਦੁਬਾਰਾ ਫੀਸ ਭਰਨ ਦੀ ਜ਼ਰੂਰਤ ਨਹੀਂ ਆ ਉਹਨਾਂ ਨੂੰ ਓਕੇ ਤੇ ਜਿਨ੍ਹਾਂ ਨੇ ਹਲੇ ਫੀਸ ਭਰਨੀ ਆ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਚਲਾਨ ਦੁਬਾਰਾ ਪ੍ਰਿੰਟ ਕਰ ਲਓ ਠੀਕ ਆ ਨਵੇਂ ਫੀਸ ਸਟਰਕਚਰ ਦੇ ਹਿਸਾਬ ਦੇ ਨਾਲ ਤੁਸੀਂ ਜਿਹੜੀ ਗਈ ਉਹ ਫੀਸ ਪੇ ਕਰ ਦਿਓ ਰਾਈਟ ਇਸ ਤੋਂ ਇੱਕ ਗੱਲ ਹੋਰ ਜਿਹੜੀ ਮੈਂ ਕਹਿਣੀ ਜਾਵਾਂਗਾ ਬਾਰ ਬਾਰ ਬੱਚੇ ਕਮੈਂਟਸ ਦੇ ਵਿੱਚ ਠੀਕ ਹੈ ਮੈਸੇजेस ਕਰਕੇ ਨੈਪ ਤਸਿਲਦਾਰ ਐਗਜ਼ਾਮ ਦੇ ਡੇਟ ਬਾਰੇ ਅਪਡੇਟ ਜਾਣਨਾ ਚਾਹੁੰਦੇ ਆ ਠੀਕ ਹੈ ਸੋ ਅਪਡੇਟ ਜਿਹੜੀ ਹੈਗੀ ਹੈ ਕੁਝ ਵੀ ਨਹੀਂ ਹੈ ਐਗਜ਼ਾਮ ਡੇਟ ਜਿਹੜੀ ਹੈ 30 ਮਈ ਨੂੰ ਤਾਂ ਬਿਲਕੁਲ ਵੀ ਨਹੀਂ ਹੈ ਠੀਕ ਹੈ 30 ਮਈ ਨੂੰ ਨਹੀਂ ਹੋਏਗਾ ਐਗਜ਼ਾਮ 30 ਮਈ ਤੋਂ ਬਾਅਦ ਹੀ ਹੋਏਗਾ ਕਦੋਂ ਹੋਏਗਾ ਇਹ ਅੱਜ ਦੇ ਹਾਲਾਤਾਂ ਦੇ ਵਿੱਚ ਸ਼ਾਇਦ ਪੀਪੀਐਸਸੀ ਚੇਅਰਮੈਨ ਵੀ ਜਿਹੜਾ ਹੈਗਾ ਤੁਹਾਨੂੰ ਨਹੀਂ ਦੱਸ ਸਕੇ ਦੱਸ ਸਕੇਗਾ ਓਕੇ ਸੋ ਇਹ ਜੋ ਵੇਚ ਐਂਡ ਵੇਟ ਐਂਡ ਵਾਚ ਵਾਲੀ ਕੰਡੀਸ਼ਨ ਬਣੀ ਹੋਈ ਆ ਸੋ ਇਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਪੇਸ਼ੈਂਸ ਹੀ ਰੱਖਣਾ ਪੈਣਾ ਵਾ ਰਾਈਟ ਸੋ ਦੋਸਤੋ ਜੀ ਇੱਥੇ ਤੱਕ ਤੁਸੀਂ ਸਾਡੇ ਨਾਲ ਆ ਚੁੱਕੇ ਆ ਵੀਡੀਓ ਦੇ ਐਂਡ ਦੇ ਵਿੱਚ ਤਾਂ ਐਲਸ ਵੀਡੀਓ ਨੂੰ ਲਾਈਕ ਕਰਕੇ ਸਾਡਾ ਉਤਸ਼ਾਹ ਜ਼ਰੂਰ ਵਧਾਉਣਾ ਉਸ ਤੋਂ ਇਲਾਵਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਬਹੁਤ ਸਾਰੇ ਬੱਚੇ ਇਸੇ ਹਰ ਕੇ ਨੀ ਐਗਜ਼ਾਮ ਭਰਦੇ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਪੀਪੀਐਸਸੀ ਦੀ ਫੀਸ ਬਹੁਤ ਜ਼ਿਆਦਾ ਵਾ ਠੀਕ ਹੈ ਉਸ ਤੋਂ ਇਲਾਵਾ ਸਾਨੂੰ ਕਮੈਂਟਸ ਕਰਕੇ ਤੁਸੀਂ ਦੱਸਣੀ ਆ ਆਪਣੀਆਂ ਰਿਐਕਸ਼ਨਸ ਕੀ ਰਿਐਕਸ਼ਨ ਹੈ ਤੁਹਾਡੀ ਇਹਦੇ ਬਾਰੇ ਓਕੇ ਕੀ ਜਾਂ ਕੀ ਤੁਹਾਡੀ ਐਕਸਪੈਕਟੇਸ਼ਨ ਦੇ ਹਿਸਾਬ ਦੇ ਨਾਲ ਇਹ ਕਟੌਤੀ ਹੋਈ ਆ ਜਾਂ ਨਹੀਂ ਹੋਈ ਠੀਕ ਹੈ ਜੀ ਸੋ ਮਿਲਦੇ ਆਂ ਫਿਰ ਹਰ ਹਾਲ ਜਦ ਤੱਕ ਜੁੜੇ ਰਹੋ ਪੀਵੀਐਸ ਕਲਾਸੇਜ਼ ਦੇ ਨਾਲ ਵਾਹਿਗੁਰਦੀ ਖਾਲਸਾ ਵਾਹਿਗੁਰਦੀ ਕੀ ਫਤਿਹ